अजकल तां जना खना टूपाक बनिया आ, मैं टूपाक टूपाक, मैं टूपाक वह नहीं हुंदा, टूपाक वह हुंदा जिहनूं दुनिया कहिंदी आ। असीं अपनी बड़ियाई आप करदे आ, करनी सी उह यार इक काका बाई आया यार। हाँ सत श्री अकाल जी, मैं दलजीत सिंह जैलदार, ते तुसी देख रहे हो अपना ही चैनल टॉप पंजाब टीवी। यारो जिवें कि तुसी जानदे हो कि हाल ही विच एक गाना आया कह लैन दे, जिसनूं लोकां ने बहुत ही ज्यादा प्यार दिता। इस गाने नूं गाउण वाला गायक सी काका। काके दा भावें रंग सावला ही सी, पर काके दी गायकी, काके दी आवाज बहुत ही ज्यादा मिठी सी, ते काके दे गाने नूं लोकां ने बहुत ही ज्यादा पसंद किया। ते काका अज लखां लोकां दे दिलां ते राज करदा पिया है। हर कोई शख्स चाहुंदा है काके नाल मुलाकात करनी। सो काके वल्लों अज पंजाबी इंडस्ट्री दे स्टार गोपी लौंगीए ने की कहा है, आओ तुहानूं उस वीडियो वल लै चलदे हां। ਸਸਰੀਕਾਲ ਜੀ, ਕਿੱਦਾਂ ਇੰਜੋਏ ਕਰ ਰਹੇ ਗਾਣਾ ਆਪਣਾ? ਯਮ ਘੈਂਟ ਚੱਲ ਰਿਹਾ, ਇਹ ਤਾਂ ਤੁਹਾਡੇ ਭਰਾਵਾਂ ਦੇ ਸਿਰ 'ਤੇ ਆ। ਹੋਰ ਸੁਣਾਓ। ਹਾਂ ਸੱਚ, ਇੱਕ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ। ਉਹ ਯਾਰ ਇੱਕ ਕਾਕਾ ਬਾਈ ਆਇਆ ਯਾਰ, ਮੁੰਡਾ ਸਿੰਪਲ ਉਹ ਆਇਆ ਨਾ, ਉਹਦੀ ਆਵਾਜ਼, ਉਹਦਾ ਗਾਣਾ ਕਹਿ ਲੈਣ ਦੇ ਕੁਛ। ਉਹ ਗਾਣਾ 3 ਵਾਰੀ ਰਿਲੀਜ਼ ਹੋਇਆ ਅਤੇ ਉਹਨੇ ਸਾਰਿਆਂ ਗਾਣਿਆਂ ਦੇ ਰਿਕਾਰਡ ਤੋੜ ਲਏ ਆ। ਇਹ ਉਹਨਾਂ ਪੁਰਾਣਿਆਂ ਸਿੰਗਰਾਂ ਦੇ ਜਿਹੜੇ ਚੱਲਦੇ, ਉਹਨਾਂ ਦੇ ਸਿਰ 'ਤੇ ਆ ਕੇ ਬੰਦੇ ਨੇ ਪੈਰ ਰੱਖਿਆ। ਅਤੇ ਬਹੁਤ ਨਜ਼ਾਰਾ ਆਉਂਦਾ ਦੇਖ ਕੇ, ਜਦੋਂ ਕੋਈ ਡਾਊਨ ਟੂ ਅਰਥ ਹੁੰਦਾ, ਜਦੋਂ ਗਰੀਬੀ 'ਚੋਂ ਉੱਠ ਕੇ ਬੰਦਾ ਦੱਸਦਾ ਵੀ ਮੈਂ ਆ। ਅੱਜ ਕੱਲ੍ਹ ਤਾਂ ਜਣਾ ਖਣਾ ਟੂਪਾਕ ਬਣਿਆ ਆ, ਮੈਂ ਟੂਪਾਕ ਟੂਪਾਕ, ਮੈਂ ਟੂਪਾਕ ਉਹ ਨਹੀਂ ਹੁੰਦਾ, ਟੂਪਾਕ ਉਹ ਹੁੰਦਾ ਜਿਹਨੂੰ ਦੁਨੀਆ ਕਹਿੰਦੀ ਆ। ਅਸੀਂ ਆਪਣੀ ਬੜਿਆਈ ਆਪ ਕਰਦੇ ਹਾਂ, ਪਰ ਇਹ ਪਰਮਾਤਮਾ ਇਜਾਜ਼ਤ ਨਹੀਂ ਦਿੰਦਾ। ਅਤੇ ਬਹੁਤ ਘੈਂਟ ਆਵਾਜ਼ ਆ ਯਾਰ, ਗਾਣੇ ਨੇ ਰਿਕਾਰਡ ਤੋੜ ਕੇ ਰੱਖਤੇ। ਗਾਣਾ 2 ਵਾਰੀ ਟ੍ਰੈਂਡਿੰਗ 'ਚ ਆਇਆ ਅਤੇ ਇਸ ਵੇਲੇ ਵੀ ਟ੍ਰੈਂਡਿੰਗ 'ਤੇ ਚੱਲ ਰਿਹਾ ਗਾਣਾ। ਹਿੱਟ ਗਾਣਾ, ਇੱਕ ਹਿੱਟ ਹੁੰਦਾ, ਇੱਕ ਸੁਪਰ ਹਿੱਟ, ਜਿਹੜਾ ਪੰਜਾਬੀ ਇੰਡਸਟਰੀ ਦੇ ਵਿੱਚ ਇਹਦੇ ਟੱਕਰ 'ਚ ਕੋਈ ਗਾਣਾ ਨਹੀਂ, ਮੈਨੂੰ ਲੱਗਦਾ ਵੀ ਨਹੀਂ ਆਇਆ। ਅਤੇ ਬਾਕੀ ਭਰਾਵਾਂ ਦੇ ਸਿਰ 'ਤੇ ਆ, ਹੈ ਨਾ। ਅਤੇ ਕਈ ਕਹਿੰਦੇ ਕੋਈ ਸਿੰਗਰ ਕਿਸੇ ਤੋਂ ਜੈਲਸੀ ਕਰਦਾ, ਨਹੀਂ ਯਾਰ, ਆਪ ਦਾ ਕੰਮ ਆ, ਅਸੀਂ ਆਪ ਦੀ ਕਿਰਤ ਨਾਲ ਲੈ ਕੇ ਜਾਣੀ ਆ, ਸਾਡੀ ਆਪ ਦਾ ਕੰਮ ਸਾਡੇ ਨਾਲ ਜਾਣਾ। ਅਤੇ ਨਾ ਕਿ ਆਪਾਂ ਕਿਸੇ ਨੂੰ ਮੰਦਾ ਬੋਲ ਕੇ ਅੱਗੇ ਆ ਸਕਦੇ ਹਾਂ। ਬਹੁਤ ਘੈਂਟ ਆਵਾਜ਼ ਆ ਬਾਈ ਦੀ, ਬਾਈ ਤੇਰੇ ਦਿਨ ਫਿਰ ਗਏ ਆ ਹੁਣ। ਗਾਣੇ 'ਤੇ ਗਾਣਾ ਸੁੱਟ, ਤੂੰ ਸਪੋਰਟ ਦੁਨੀਆ ਦੀ ਪੂਰੀ ਆ, ਅਤੇ ਲਵ ਯੂ ਆ ਮੇਰੇ ਵੀਰ ਨੂੰ। ਅਤੇ ਗਾਣਾ ਇੰਜੋਏ ਕਰੋ ਸੱਚ ਤੁਸੀਂ ਤਾਂ, ਅਤੇ ਇੰਜੋਏ ਕਰੋ ਗਾਣਾ। ਯਮ ਆਪਣਾ ਆਇਆ ਯਾਰ, ਰਿਸਪੋਂਸ ਖਰਾ ਆ ਰਿਹਾ ਭਰਾਵਾਂ ਦਾ। ਲਵ ਯੂ ਆ ਯਾਰ, ਲਵ ਯੂ ਸਾਰਿਆਂ ਨੂੰ। ਹਾਂਜੀ ਮਿੱਤਰੋ, ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਹਿ ਲੈਣ ਦੇ ਸੌਂਗ ਦੇ ਕਿਹੜੇ ਬੋਲ ਜ਼ਿਆਦਾ ਵਧੀਆ ਲੱਗੇ। ਅਤੇ ਕਾਕੇ ਦੀ ਸਪੋਰਟ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਨ ਦਾ ਨਾ ਭੁੱਲਣਾ। ਅਤੇ ਗੋਪੀ ਲੌਂਗੀਏ ਦਾ ਨਵਾਂ ਗਾਣਾ ਜੰਮ ਆ ਚੁੱਕਿਆ ਹੈ, ਜਿਸ ਨੂੰ ਲੋਕਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਪਿਆ ਹੈ। ਜੇ ਤੁਸੀਂ ਗੋਪੀ ਲੌਂਗੀਏ ਦਾ ਅਜੇ ਇਹ ਗਾਣਾ ਨਹੀਂ ਸੁਣਿਆ ਤਾਂ ਯੂਟਿਊਬ 'ਤੇ ਗੋਪੀ ਲੌਂਗੀਏ ਦਾ ਇਹ ਗਾਣਾ ਸਰਚ ਕਰਕੇ ਤੁਸੀਂ ਸੁਣ ਸਕਦੇ ਹੋ। ਅਤੇ ਗੋਪੀ ਲੌਂਗੀਏ ਦੇ ਵੀ ਇਸ ਗਾਣੇ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ। ਸੋ ਹੁਣ ਦੇ ਲਈ ਇੰਨਾ ਹੀ, ਜਲਦੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ। ਹੁਣ ਸਾਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ।